ਸਿੰਘ ਕਿਵੇਂ ਬਣਿਆ ਜਾਂਦਾ ਹੈ? ਮੈਂ ਬੇਨਤੀ ਕਰਦਾ, ਜਿਹੜਾ ਅੰਮ੍ਰਿਤ ਛੱਕ ਜਾਂਦਾ ਹੈ ਉਹ ਗੁਰੂ ਕਾ ਨਿਹੰਗ ਸਿੰਘ ਹੀ ਹੈ। ਗੁਰੂ ਨੂੰ ਇਹ ਪੰਥ ਹੀ ਸਾਰਾ ਜਿਹੜਾ ਆ ਇਹ ਨਿਹੰਗ, ਨਿਹੰਗ ਦੇ ਅਰਥ ਨੇ ਨਿਹੰਗ ਘਾਵ ਹੈ ਸੋ ਪੁਰਸ਼ ਦੁੱਖ ਸੁੱਖ ਮੰਨੇ ਨਾ ਅੰਗ। ਨਿਹੰਗ ਉਹਨੂੰ ਕਿਹਾ ਜਾਂਦਾ ਆ ਜਿਹਨੂੰ ਦੁੱਖ ਜਾਂ ਸੁੱਖ ਦੋਵਾਂ ਨਾਲ ਕੋਈ ਮਤਲਬ ਨਹੀਂ, ਉਹ ਆਪਣੀ ਮਸਤੀ ਚ ਰਹਿੰਦਾ। ਨਿਹੰਗ ਨੇ ਭਾਈ ਮਨੀ ਸਿੰਘ, ਨਿਹੰਗ ਨੇ ਭਾਈ ਤਾਰੂ ਸਿੰਘ, ਨਿਹੰਗ ਹੈ ਬਾਬਾ ਦੀਪ ਸਿੰਘ, ਇਹੋ ਜਿਹੇ ਨੇ ਗੁਰਮੁਖ ਪਿਆਰਿਓ। ਜੰਗ ਪਿੱਪਲੀ ਸਾਹਿਬ ਵਿੱਚ ਸ਼ੁਰੂ।